यहाँ पे बस स्टैंड पर, जनरल बस स्टैंड गुजरात शहर। तो रात का वक्त है इस वक्त, तकरीबन 11:30 बजे। कह रही मैंने बाहर घूमना, ये देखे बच्चे छोटे छोटे, ये बच्चे बैठे हुए, ये हमारे लामा साहब है माशाल्लाह। काजी साहब क्या हाल चाल है जी? अल्लाह का शुक्र है। और काजी साहब किधर आए हुए थे? ਅਸੀਂ ਕੋਈ ਇੱਕ ਅੱਧ ਘੰਟਾ ਹੀ ਹੋਇਆ ਜੀ। ਉਹ ਮੈਂ ਜਾਇ ਕਰ ਰਿਹਾ ਬੱਚਿਆਂ ਨਾਲ। ਆ ਵੇਖੋ ਨਾ, ਇਹਦੇ ਨਾਲ ਮਿਹਨਤ ਹੋਇਆ, ਕਹਿੰਦੀ ਵੀ ਹੋਰ ਭੁੱਖ ਲੱਗੀ ਹੈ। ਇਹ ਵੇਖੋ ਜੀ ਬੱਚਾ ਕਾਜ਼ੀ ਸਾਹਿਬ, ਇਹਨੂੰ ਨਾ ਪਰ ਅੱਜ ਇਹ ਕਿਹੜਾ ਗੁੱਲੇ ਸਹਾਰਾ ਜੀ? ਗੁੱਲੇ ਸਹਾਰਾ ਮਾਸ਼ਾ ਅੱਲਾਹ, ਉਹ ਸੈਨਾ ਸਾਡੇ ਖਲੋਤੇ ਮਾਸ਼ਾ ਅੱਲਾਹ ਜੀ। ਇਹ ਚੀਤਾ ਦੇ ਅੱਲਾਹ, ਚੀਤਾ ਇਹ ਮੁਸਤਾਬ ਸ਼ੇਰਾ ਜੀ ਆਇਦਾ ਮਾਸ਼ਾ ਅੱਲਾਹ ਜੀ ਮਾਸ਼ਾ ਇਹ ਆਇਦਾ ਜੇ ਓਏ ਹੋਏ ਕੀ ਆ ਗਿਆ ਤੇ ਕੋਲ ਕੋਈ ਚੀਜ਼ ਕੋ ਕੇ ਖਾਣ ਜੀ। ਚਲੋ ਪਕੜ ਨਾ 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 ਨਾ। ਔਰ ਕਾਜ਼ੀ ਸਾਹਿਬ ਜੀ ਅੱਲਾਹ ਦਾ ਸ਼ੁਕਰ ਹੈ, ਅੱਛਾ ਠੀਕ ਠਾਕ ਨੇ। ਇਹ ਜੀ ਸਾਡੇ ਗੁਲਾਮ ਬਾਦ ਸਾਹਿਬ ਨੇ ਜੀ, ਮਾਸ਼ਾਅੱਲਾ ਰਕਸ਼ਾ ਡਰਾਈਵਰ ਨੇ। ਕੀ ਬਾਤ ਹੈ ਜੀ, ਰਕਸ਼ਾ ਬੜੀ ਤੇਜ਼ੀ ਨਾਲ ਚਲਾਉਂਦਾ ਤੇ ਆਂਦੇ ਜਹਾਜ਼ ਦੀ ਸਪੀਡ ਨਾਲ ਗਿਆ, ਸਪੀਡ ਨਾਲ ਰਕਸ਼ੇ ਦੀ ਕੀ ਹਾਲ। ਔਰ ਕਾਜ਼ੀ ਸਾਹਿਬ ਜੀ ਸ਼ੁਕਰ ਹੈ, ਗਰਮੀ ਲੱਗ ਰਹੀ ਹੈ ਤੇ ਹੁਣ ਮੌਸਮ ਐਸਾ ਠੀਕ ਠੀਕ ਹੋ ਠੀਕ ਹੋ ਗਿਆ, ਇੰਜੋਏ ਕਰ ਰਹੇ ਹੋ? ਹਾਂ ਬਿਲਕੁਲ, ਬੜਾ ਮਜ਼ਾ ਆ ਰਿਹਾ। ਪਾਰਕ ਜਾਣਾ ਹੈ ਤੁਸੀਂ ਅੱਡੇ ਤੇ, ਇੰਜੋਏ ਕਰਨ ਆ ਗਏ? ਉਹ ਇੱਥੇ ਭਾਅ ਵਗਦੀ ਹੈ ਤੇ ਉੱਥੇ ਭਾਅ ਕੋਈ ਨਹੀਂ, ਸਾਡੇ ਗੁਲਾਮ ਬਾਦ ਸਾਹਿਬ ਜੀ ਮਾਸ਼ਾਅੱਲਾ ਬਹੁਤ ਮਾਇਆ ਨਾ ਦੇਣਾ। ਚਾਂਦਗੜ੍ਹ ਤੁਹਾਨੂੰ ਵਿਜ਼ਿਟ ਕਰਵਾਈਏ, ਇਹ ਰਾਜਸਥਾਨ ਜੀ, ਇਹ ਚਾਂਦਗੜ੍ਹ ਤੁਹਾਡੀ? ਹਾਂ ਜੀ। ਇਹ ਕਿੰਨੇ ਦੀ ਲਈ ਸਾਰੇ? 80,000 ਦੀ ਚਾਂਦ। ਦਿਹਾੜੀ ਕਿੰਨੀ ਲੱਗ ਜਾਂਦੀ? ਦਿਹਾੜੀ ਵਾਇਰ ਹੋ ਜੀ 7-8 ਸੌ ਲੰਘ ਜਾਂਦੀ। 7-8 ਸੌ ਘੰਟੇ 'ਚ ਜਾਂ ਪੂਰੇ ਦਿਨ 'ਚ? ਕਦੀ ਜ਼ਿਆਦਾ ਕਦੀ ਘੱਟ, ਕਦੀ ਨਹੀਂ ਵੀ ਲੱਗਦੀ। 2000 ਦਿਹਾੜੀ ਨਹੀਂ ਲਾਉਂਦੇ? ਲੱਗ ਜਾਂਦੀ ਕਦੀ ਕਦੀ। ਅੱਛਾ, ਇਹਨਾਂ ਜਿਹਨਾਂ ਕੰਮ ਮੱਠਾ ਜਾਂ ਤੇਜ਼ ਹੈ? ਮੱਠਾ ਮੱਠਾ ਕੰਮ ਹੈ, ਮਿਹਨਤ ਕਰਿਆ ਕਰੋ, 8-9 ਮਹੀਨਾ ਕਰਿਆ ਕਰੋ ਮਿਹਨਤ। ਇਹ ਆਪਣੇ ਵਾਸਤੇ ਗੱਲ ਨਹੀਂ, 8-9 ਮਹੀਨੇ ਕਰਦੇ ਹੋ ਮਿਹਨਤ ਕਰਕੇ, ਬਹੁਤ ਬਹੁਤ ਚੌਕੀ ਦਿਹਾੜੀ ਲੱਗੇ। ਅੱਛਾ, ਹਾਂ ਤੁਸੀਂ 8-9 ਮਹੀਨੇ ਕਰਦੇ ਜੀ? ਸੱਤ ਧਾਰ ਚਲੋ ਜੀ, ਕੰਮ ਕੋਈ ਨਹੀਂ, ਫ੍ਰੀ ਦਾ। ਅੱਛਾ, ਅੱਲਾਹ ਦੀ ਜ਼ਮੀਨ ਤੇ ਫਿਰੋ। ਹਾਂ, ਉਹ ਵੇਖ ਕਾਲਜੀ ਸਾਹਿਬ ਵੀ ਧਿਆਨ ਦਿਹਾੜੀ ਲਾ ਲੋਕ ਆਰਾਮ ਸਕੂਲ ਨਾਲ ਬੈਠੇ, ਬੱਚਾ ਇੰਜੋਏ ਪੇ ਕਰਾਉਂਦੇ। ਕਾਲਜੀ ਸਾਹਿਬ ਤੁਹਾਡਾ ਕਿਹੜਾ ਕੰਮ ਸ਼ਾਮ ਹੈ ਅੱਜ ਕੱਲ੍ਹ? ਹਾਂ ਅੱਜ ਕੱਲ੍ਹ ਤਿੱਬ ਦਾ ਕੰਮ ਸ਼ੁਰੂ ਕੀਤਾ। ਤਿੱਬ ਦਾ ਸ਼ਕਾ ਲੋ ਜੀ, ਮਾਸ਼ਾਅੱਲਾ ਕੀ ਵੀ ਜੇ ਮੈਂ ਵੀਡੀਓ ਬਣਾਉਣਾ ਪੈਣਾ ਤੇ ਇੱਕ ਮੰਨ ਦੇ ਮਾਹਰ ਨੇ ਹਰ ਤਰ੍ਹਾਂ ਦਾ ਇਲਾਜ, ਹਰ ਤਰ੍ਹਾਂ ਦੀ ਬਿਮਾਰੀ। ਬਿਲਕੁਲ ਜੀ ਬਿਲਕੁਲ। ਕਿੱਥੋਂ ਤੋਂ ਕੀਤਾ ਜੀ ਤਿੱਬ ਦਾ ਡਿਪਲੋਮਾ? ਇਹ ਸਵਾਤ ਤੋਂ ਕੀਤਾ ਜੀ। ਸਵਾਤ ਤੋਂ? ਕਿੰਨੇ ਸਾਲ ਦਾ? 5 ਸਾਲ ਦਾ ਹੁੰਦਾ। 5 ਸਾਲ ਤੁਸੀਂ ਪੂਰੇ MBBS ਡਾਕਟਰ ਹੋ ਗਏ? ਤਿੱਬ ਵਿੱਚ ਫਿਰ ਉਹ ਡਾਕਟਰ ਤੇ ਅਸੀਂ ਤਿੱਬ ਤੋਂ। ਅੱਛਾ ਅੱਛਾ, ਹਰ ਤਰ੍ਹਾਂ ਦਾ ਇਲਾਜ ਕਰਦੇ ਹੋ ਜੀ? ਅਜੇ ਵਾਲ ਝੜੇ ਹੁਣ ਸਿਰ ਦੇ ਵੀ? ਉਹਦੇ ਅਸੀਂ ਤੇਲ ਬਣਾਇਆ ਜਨਾਬ, ਉਹ ਸਿਰ ਤੇ ਲਾਏ ਤੇ ਵਾਲ ਆ ਜਾਂਦੇ ਨੇ। ਕਿੰਨੇ ਦਾ ਦਿੰਦੇ ਹੋ ਫਿਰ? ਉਹ ਹੈ ਕੋ 1500 ਦਾ। 1500 ਦਾ ਤਾਂ ਕਿੰਨੀ ਦੇਰ ਲਾਣਾ? ਉਹ ਕੋ 2 ਮਹੀਨੇ ਲਾਈਦਾ ਜੀ ਜਨਾਬ। ਲੋ ਜੀ ਤੇਲ ਵੀ ਆ ਗਿਆ ਕਾਜ਼ੀ ਸਾਹਿਬ ਕੋਲ ਤੇ 2 ਮਹੀਨੇ ਕਿੰਨੇ ਕਰ ਕਾਜ਼ੀ ਸਾਹਿਬ? 3 ਬੋਤਲਾਂ ਲੱਗ ਜਾਂਦੀ। 3 ਬੋਤਲਾਂ ਜੀ ਲੱਗਦੀਆਂ, 1500 ਰੁਪਇਆ ਲੱਗਦਾ ਹੈ ਇੱਕ ਬੋਤਲ ਦਾ। ਪਹਿਲੀ ਬੋਤਲ ਜੀ ਬਾਸ਼ੂ ਬਾਲ ਨਿਕਲ ਆਉਂਦੀ। ਪਹਿਲੀ ਬੋਤਲ ਜੀ ਵਾਲ ਨਾ ਨਿਕਲੇ ਤੇ ਪੈਸੇ ਵਾਪਸ? ਨਹੀਂ ਨਹੀਂ, ਪੈਸੇ ਕਿਉਂ ਵਾਪਸ? ਹਾਂ ਬਾਲ ਅੱਲਾ ਨੇ ਕੱਢਨੇ ਨੇ ਕਰਨਾ। ਨਹੀਂ ਫੇਰ ਕਿਉਂ ਜੀ, ਅਸੀਂ ਤੇ ਆਪਣੀ ਚੀਜ਼ ਦੇ ਪੈਸੇ ਲੈਣੇ ਨੇ। ਪੈਸੇ ਨਹੀਂ ਪਰ ਅੱਲਾ ਬਾਪ ਨੂੰ
ਉਹ ਪਾਗਲ ਤੇ ਦੂਜਾ ਤੇਲ ਪਾ ਕੇ ਦੇ ਦਿਓ। ਨਹੀਂ ਨਹੀਂ ਬਾਸ਼ ਬੜਾ ਵਧੀਆ ਕਮਾਲ ਦਾ ਤੇਲ। ਲੋ ਜੀ ਪੈਸੇ ਨਹੀਂ ਵਾਪਸ ਲੱਭਣ ਲੱਗੇ, ਵਾਲ ਆ ਜਾਂਦੇ। ਹਾਂ ਵਾਲ ਆ ਜਾਂਦੇ। ਤੇ ਨਾ ਆਏ ਤੇ ਫਿਰ ਉਹਦਾ ਕੀ ਹੱਲ? ਨਾ ਆਏ ਤੇ ਫਿਰ ਅੱਲਾਹ ਕੋਲ ਦੁਆ ਕਰਾਂ ਤੇ ਦੂਸਰੀ ਪੁੱਤ ਚ ਆ ਜਾਂ। ਅੱਛਾ ਦੂਜੀ ਬੋਤਲ ਤਿੰਨਾਂ ਬੋਤਲਾਂ ਵਿੱਚ ਜਾ ਜਾਂ ਤੇ ਤਿੰਨਾਂ ਤੋਂ ਬਾਅਦ ਵੀ ਆਵਾਂ ਤੇ ਫਿਰ ਪੈਸੇ ਵਾਪਸ। ਉਹ ਫਿਰ ਬੰਦੇ ਦੇ ਪੈਸਿਆਂ 'ਚ ਫਰਕ। ਪੈਸੇ ਤੁਹਾਡਾ ਹੀ ਕੋਈ ਫਰਕ। ਲੋ ਜੀ ਕਹਿੰਦਾ ਸਾਡੀ ਹਿਕਮਤ ਕੋਈ ਫਰਕ ਨਹੀਂ, ਬੰਦਿਆਂ ਦੇ ਪੈਸੇ ਫਰਕ ਹੈ, ਬੰਦੇ ਪੈਸੇ ਚੋਰੀ ਦੇ ਅੰਦਰ। ਅੱਜ ਕੱਲ ਬੰਦੇ ਇਧਰ ਉਧਰ ਮਾਰ ਧਾੜ ਕਰ। ਅੱਛਾ ਭਾਈ ਬਈ ਮੈਂ ਪੈਸਾ ਕਮਾਉਂਦੇ ਨੇ ਚੋਰੀ ਮਾਰ ਧਾੜ ਸੂਦ ਸੂਦ ਹੋ ਗਿਆ। ਚਲੋ ਉਹ ਤੇ ਗੱਲ ਦਾ ਗੱਲ ਹੈ। ਲੋ ਜੀ ਮੈਂ ਇੱਕ ਮਿੰਟ ਤੇਰਾ ਬਣਾ ਕੇ ਨਾ ਤੇ ਆ ਜੀ ਉਸਤਾਦ ਰੇ ਜੀ। ਉਸਤਾਦ ਜੀ ਹੋਰ ਤੁਸੀਂ ਦੱਸੋ ਕਿੰਨੇ ਵਜੇ ਤੋਂ ਲਾ ਕਿੰਨੇ ਵਜੇ ਤੱਕ ਰਕਸ਼ਾ ਚਲਾਉਂਦੇ ਹੋ? ਮੈਂ ਨਿਕਲਣਾ ਕੋਈ 6:30 ਵਜੇ। 6:30 ਵਜੇ ਤੇ ਮੈਂ ਕਿੰਨੇ ਵਜੇ ਦੱਸ ਵਜੇ ਆਇਦਾ ਜੀ ਆਇਦਾ। ਛੋੜ 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 ਕਿੰਨੇ ਵਜੇ ਜਾਂਦੇ ਵਾਪਸ? ਸਵੇਰ 9:10 ਵਜੇ ਹੁੰਦੇ। ਲੋ ਜੀ ਰਾਤੀ ਹੁੰਦੇ ਨੇ, ਰਾਤ ਦੀ ਸ਼ਿਫਟ ਚਲਾਉਂਦੇ ਨੇ, ਰਾਤੀ 9-8 ਵਜੇ ਹੁੰਦੇ ਨੇ, ਸਵੇਰ 10 ਵਜੇ ਜਾਂਦੇ ਨੇ ਤੇ 800 ਦੀ ਹਜ਼ਾਰ ਦੀ 1500 ਦੀ 2000 ਦਿਹਾੜੀ ਆਰਾਮ ਪੂਰਨ ਲਾ ਘਰ ਆਰਾਮ ਤੁਰਿਆ ਉਹਨਾਂ ਦਾ। ਅੱਲਾਹ ਬਰਕਤ ਪਾ ਜੀ, ਸਾਡੀ ਦੁਆ ਉਸਤਾਦ ਜੀ ਤੁਹਾਡੇ ਵਾਸਤੇ, ਸਾਡੇ ਲਈ ਕੋਈ ਖਿਦਮਤ ਹੋਵੇ ਦੱਸੋ। ਮਿਹਰਬਾਨੀ। ਲੋ ਜੀ ਕਾਦੀ ਸਾਹਿਬ ਦੀ ਮਾਸ਼ਾਅੱਲਾ ਹਿਕਮਤ ਦੇ ਮਾਹਰ ਮਾਇਆ ਨਾਸ ਨਾ ਜੇ ਦੱਸਿਆ ਆਪਣਾ ਸਾਹਮਣੇ ਨੂੰ ਸਾਹਿਬਜ਼ਾਦਾ ਸ਼ਰੀਫ ਹੁਸੈਨ ਕਾਦਰੀ ਸਾਹਿਬਜ਼ਾਦਾ ਸ਼ਰੀਫ ਹੁਸੈਨ ਕਾਦਰੀ ਸਾਹਿਬ ਦੇ ਨਾਲ ਜਨਾਬ ਜਿਹੜਾ ਰਾਬਤਾ ਕਰਦਾ ਕਿ ਇੱਕ ਬੰਦੇ ਮਾਹਰ ਇੱਧਰ ਸਵਾਰੀ ਸਵਾਰੀ ਕਰਵਾਉਣੀ ਹੋਵੇ ਉਸਤਾਦ ਰਕਸ਼ਿਆ ਨੰਬਰ ਆਪਣਾ ਦੱਸ ਦੇ ਬਾਅਦ ਸਵਾਰੀ ਰਾਬਤਾ 0344-6462-881 0344-6462-881 ਕੋਈ ਰਾਜ ਸ਼ਹਿਰ 'ਚ ਰਹਿੰਦੇ ਨੇ ਸ਼ਾਮੀ ਅੱਡੇ 'ਤੇ ਹੁੰਦੇ ਨੇ ਜਿਹੜੇ ਬੰਦੇ ਨੂੰ ਸਵਾਰੀ ਸਵਾਰੀ ਜਾਣਾ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਚੰਗਾ ਜੀ ਫਿਰ। ਅੱਛਾ ਤੁਸੀਂ ਐਂ ਕਰੋ ਨਾ ਆਪਣਾ ਨੰਬਰ ਤੋਂ ਨਾ ਮਿਸ ਕਾਲ ਸਾਡੇ ਨੰਬਰ ਤੇ ਮਾਰੋ, ਫਿਰ ਤੁਹਾਨੂੰ ਅਸੀਂ ਹਰ ਮਹੀਨੇ ਵਧੀਆ ਵਧੀਆ ਮੈਸੇਜ ਭੇਜਿਆ ਕਰਾਂਗੇ। ਠੀਕ ਹੈ ਜੀ ਕਾਦੀ ਸਾਹਿਬ ਇਨਸ਼ਾ ਅੱਲਾਹ। ਲੋ ਜੀ ਸਹੀ ਹੈ। ਅਸਲਾਮੁ ਅਲੈਕੁਮ।